लो जी, ये कबूतर साडा आ गया जी वापस। ते आपां इहनूं कल फिर लागे साडे पड़ोसियों के घर चला गया सी, ते आपां उत्थों लै के आए हाँ। ते नाल इक इहदे ओह लाल डब्बा कबूतर जो साडा पहला कबूतर उन्होंने दिता सी ओह है। ते तुसीं देखो कि कबूतर ये कल उड्डिया सी, तां आपां इहनूं अज कढ दित्ता हैगा वा। ते बाकी सारे कबूतर साडे तुसीं चैक कर सकदे हो, साडे को हो गए हुणे 5 कबूतर है जी। ते सारे ओके आ, ते वधिया लगन रहा पिया हुण। बाकी भी सत श्री अकाल जी सारयां नूं, किवें हो सारे, ठीक ठाक हो? सो तुसीं देखिआ कि आपां जो कबूतर सी फाइनली साडा ओह कबूतर साडे कोल आ गया फिर वापस। ते उहदे नाल इक आपां डब्बा कबूतर जो साडा पहला सी ओह वी आपां नाल लैंदा वा। ते राती ही आपां लै के आए सी, राती इह कबूतर बैठ गिआ सी ते आपां ओह लै आए आ। ते हुण वेखो तुसीं कि साडे कोल हो गया जी 5 कबूतर, ते सारे कबूतर साडे हुण वधिया है। ते तुसीं ताड़ियां दुआवां दे नाल वापस आ गए जी फिर। ते बाकी सारा सिस्टम साडा चलदा पिआ वधिया। ते आपां अंदरों भी जाली दी भी करती आ सफाई सारी। ते हुण रह गई आ जी साडे खाने बनाउण वाले, ते खाने भी आपां जल्दी ही बनावांगे। ते हाँ जी विशेष, ठीक है जी। ते तुसीं चैक करो कबूतर जी साडे वधिया जी। कल तक तो सिस्टम इदां दा हो गया भी लगदा यार कीड़ी गल्लों जां कबूतर लै आंदी आ, जदों लै आईदा कोई ना कोई गड़बड़ हो जांदी आ। ते चलो शाम नूं ओह इत्थे बैठा सी, ते इत्थों मुड़ के उहनां दे घर चल गया लागे। ते उत्थों फिर शाम नूं आप ही करूंगा दे गए कि तुहाडा कबूतर आ गया, ते तुसीं लै लो। ਇਹ ਜੋ ਤੁਸੀਂ ਕਬੂਤਰ ਦੇਖ ਰਹੇ ਹੋ ਸਾਰੇ ਵਧੀਆ ਵਾ, ਸਾਡੇ ਉੱਡਣ ਵਾਲੇ ਕਬੂਤਰ ਆ। ਇੱਕ ਲਾਲ ਡੱਬਾ ਜਿਹੜਾ ਸਾਡਾ ਵਾ ਥੋੜ੍ਹਾ ਜਿਹਾ ਉਹ ਵੈਸੇ ਹੈਗਾ ਵਾ। ਅਤੇ ਇੱਕ ਗੱਲ ਹੋਰ ਆ, ਇੱਕ ਇਹ ਜਿਹੜਾ ਤੁਸੀਂ ਜੋਸਰਾ ਦੇਖ ਰਹੇ ਹੋ ਨਾ ਵਾਈਟ ਵਾਲਾ, ਇਹਦੇ ਪੈਰ ਦੇ ਵਿੱਚ ਕੋਈ ਸੱਟ ਸੁੱਟ ਲੱਗੀ ਹੈ ਸ਼ਾਇਦ, ਇਹ ਪਹਿਲੋਂ ਦੀ ਲੱਗੀ ਸ਼ਾਇਦ, ਅਤੇ ਹੁਣ ਇਹ ਦੁਖਿਆ ਵਾ ਸ਼ਾਇਦ ਪੈਰ। ਅਤੇ ਇਹ ਥੋੜ੍ਹਾ ਲੰਘਾ ਕੇ ਚੱਲਦਾ ਪਿਆ ਸੀ, ਮੈਂ ਦੇਖ ਰਿਹਾ ਸੀ ਕਿ ਲੰਘਾ ਕੇ ਚੱਲਦੇ ਆ। ਅਤੇ ਮੈਂ ਦੇਖਿਆ ਇਹਨੂੰ ਫੜ ਕੇ, ਅਤੇ ਥੋੜ੍ਹੀ ਇਹਦੇ ਸੱਟ ਲੱਗੀ ਹੋਈ ਹੈ ਪੈਰ 'ਤੇ। ਅਤੇ ਕੋਈ ਨਹੀਂ, ਆਪਾਂ ਇਹਦੇ 'ਤੇ ਮਾੜਾ ਮੋਟਾ ਉਹ ਹਲਦੀ ਅਤੇ ਤੇਲ ਲਗਾ ਦਾਂਗੇ, ਅਤੇ ਉਹਨਾਂ ਨੇ ਜਲਦੀ ਇਹ ਠੀਕ ਹੋ ਜਾਣਾ ਵਾ। ਅਤੇ ਮੈਂ ਸਵੇਰੇ ਇਹਨੂੰ ਵੇਖਿਆ ਸੀ, ਸਵੇਰੇ ਪਤਾ ਨਹੀਂ ਇਹਦੇ ਜਦੋਂ ਲੰਘਾ ਕੇ ਚੱਲਦਾ ਸੀ, ਮੈਂ ਵੇਖਿਆ ਚੈੱਕ ਕਰਕੇ ਪੈਰ ਫੜ ਕੇ ਵੇਖਿਆ, ਅਤੇ ਪੈਰ ਉੱਪਰ ਹੋ ਕੇ ਚੱਕ ਕੇ ਚੱਲਦਾ ਪਿਆ ਸੀ। ਅਤੇ ਜਦੋਂ ਦੇਖਿਆ ਤਾਂ ਸੱਟ ਲੱਗੀ ਹੋਈ ਹੈ ਇਹਦੇ ਪੈਰ 'ਤੇ, ਇੱਕ ਜੋ ਪਿਛਲੇ ਵਾਲੀ ਉਂਗਲੀ ਹੁੰਦੀ ਉਹਦੇ 'ਤੇ। ਅਤੇ ਆਪਾਂ ਇਹਦੇ ਤੇਲ ਅਤੇ ਉਹ ਹਲਦੀ ਵੈਸੇ ਲਗਾਈ ਇੱਕ ਵਾਰੀ, ਇੱਕ ਵਾਰੀ ਫਿਰ ਲਗਾਵਾਂਗੇ, ਇਹ ਜਲਦੀ ਠੀਕ ਹੋ ਜਾਏਗਾ। ਆਹ ਤੁਸੀਂ ਦੇਖ ਸਕਦੇ ਹੋ ਕਿ ਥੋੜ੍ਹਾ ਹੁਣ ਤਾਂ ਸਹੀ ਚੱਲਦਾ ਪਿਆ ਵਾ, ਅਤੇ ਵੈਸੇ ਥੋੜ੍ਹਾ ਲੰਘਾ ਕੇ ਚੱਲਦਾ ਜਦੋਂ ਖਲੋਂਦਾ ਵਾ, ਤਾਂ ਫਿਰ ਇਹਦਾ ਪੈਰ ਚੁੱਕ ਲੈਂਦਾ ਵਾ। ਮੈਂ ਤੁਹਾਨੂੰ ਲਾਗੇ ਕਰਕੇ ਦਿਖਾ ਦਿੰਦਾ ਵਾ, ਇਹ ਸ਼ਾਇਦ ਤੁਸੀਂ ਦੇਖ ਸਕਦੇ ਹੋਗੇ। ਇਹ ਹਾਲੇ ਬਿਲਕੁਲ ਉਰਲੀ ਸਾਈਡ ਦਾ ਜਿਹੜਾ ਪਿਛਲੀ ਸਾਈਡ ਦਾ ਉਹ ਚੁੱਕ ਲਿਆ ਨੇ ਪੈਰ, ਅਤੇ ਇਹ ਥੋੜ੍ਹੀ ਇਹਦੀ ਪ੍ਰੋਬਲਮ ਲੱਗਦੀ ਮੈਨੂੰ, ਸੱਟ ਲੱਗੀ ਹੋਈ ਉਹਦਾ ਕਰਕੇ ਸ਼ਾਇਦ। ਅਤੇ ਬਾਕੀ ਠੀਕ ਆ ਕਬੂਤਰ, ਐ ਵੀ ਸਹੀ ਆ, ਬਾਕੀ ਸਾਰੇ ਸਹੀ ਆ। ਅਤੇ ਇਹ ਸਾਡਾ ਜੋ ਕੱਲ੍ਹ ਉੱਡ ਗਿਆ ਸੀ ਉਹ ਕਬੂਤਰ ਆ, ਅਤੇ ਬਾਕੀ ਅਤੇ ਸਾਰੇ ਓਕੇ ਆ, ਠੀਕ ਆ। ਅਤੇ ਆਸ ਕਰਦੇ ਹਾਂ ਕਿ ਸਾਰੇ ਹੁਣ ਵਧੀਆ ਰਹਿਣਗੇ, ਠੀਕ ਠਾਕ ਰਹਿਣਗੇ। ਅਤੇ ਕੱਲ੍ਹ ਦੇ ਮੈਂ ਸਾਰੇ ਕਬੂਤਰ ਕੱਢ ਦਿੱਤੇ ਹੈਗੇ ਆ। ਅਤੇ ਬਾਕੀ ਹੁਣ ਇਹ ਆ ਵੀ ਕਿਤੇ ਡਰ ਜਾਣ ਦਾ ਇਹਨਾਂ ਦਾ ਹੈ ਨਹੀਂ ਆ, ਵੀ ਕਿਤੇ ਜਾਣਗੇ ਨਹੀਂ, ਧਿਆਨ ਰੱਖਣਾ ਜ਼ਰੂਰ ਪਏਗਾ, ਬਿੱਲੀ ਬੁੱਲੀ ਤੋਂ ਬਚਾਉਣਾ ਪਏਗਾ। ਅਤੇ ਬਾਕੀ ਕਿਤੇ ਜਾਣ ਵਾਲੇ ਨਹੀਂ ਹੁਣ ਕਬੂਤਰ ਹੈਗੇ ਸਾਡੇ। ਅਤੇ ਆਪਾਂ ਜੋ ਖਾਂਦੇ ਹਾਂ ਉਹ ਵੀ ਅੱਜ ਕੋਸ਼ਿਸ਼ ਕਰਦੇ ਹਾਂ ਵੀ ਅੱਜ ਖਾਣੇ ਵੀ ਇਹਨਾਂ ਦੇ ਪਾਏ ਜਾਣ। ਅਤੇ ਇਹਦੇ ਵਿੱਚ ਆਪਾਂ ਇੱਕ ਸਾਈਡ 'ਤੇ ਖਾਣੇ ਪਾ ਦਾਂਗੇ, ਇਹਦੇ ਵਿੱਚ ਆਪਾਂ ਖਾਣੇ ਪਾ ਦਾਂਗੇ ਇੱਕ ਸਾਈਡ 'ਤੇ, ਜੋ ਕਿ ਬਕਸਿਆਂ ਦੇ ਬਣ ਤਾਂ ਵਧੀਆ ਵਾ, ਲੱਕੜ ਦੇ ਬਕਸ ਦੇ ਆਪਾਂ ਉੱਪਰ ਹੇਠ ਰੱਖ ਦਾਂਗੇ, ਉਹ ਖਾਣੇ ਬਹੁਤ ਵਧੀਆ ਬਣ ਜਾਣੇ ਇਹਨਾਂ ਦੇ। ਅਤੇ 5-7 ਪੇਟੀਆਂ ਲੈ ਕੇ ਆਪਾਂ ਉਹ ਬਣਾਵਾਂਗੇ, ਕੱਲ੍ਹ ਮੈਂ ਪਤਾ ਕੀਤਾ ਸੀ, ਵੈਸੇ ਕੱਲ੍ਹ ਪਤਾ ਕੀਤਾ ਸੀ ਪੇਟੀਆਂ ਦਾ, ਤਾਂ ਪੇਟੀਆਂ ਅੱਜ ਕੱਲ੍ਹ ਨਹੀਂ ਆਉਂਦੀਆਂ ਫਰੂਟ ਵਾਲੀਆਂ, ਕਹਿੰਦੇ ਵੀ ਉਹ ਗੱਤੇ ਦੇ ਜਿਹੜੇ ਹੁੰਦੇ ਆ ਉਹਨਾਂ 'ਚ ਆਉਣ ਡੇ ਪਏ ਆ, ਅਤੇ ਲੱਕੜ ਦੀਆਂ ਪੇਟੀਆਂ ਨਹੀਂ ਮਿਲਦੀਆਂ ਹੈਗੀਆਂ। ਅਤੇ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ 'ਤੇ ਜਾ ਕੇ ਮਿਲ ਜਾਣਗੀਆਂ, ਅਤੇ ਮਿਲਣਗੀਆਂ ਤਾਂ ਭਾਅ ਜੀ ਉਹ ਪਹਿਲਾਂ ਉਹ ਖਾਣੇ ਬਣਾਵਾਂਗੇ, ਅਤੇ ਉਹ ਤੋਂ ਬਾਅਦ ਫਿਰ ਬਾਕੀ ਕੰਮ ਕਰਾਂਗੇ। ਹਾਂ ਮੈਨੂੰ ਇੱਕ ਨਾ ਵੀਰ ਜੀ ਨੇ ਸ਼ਾਇਦ, ਮੈਂ ਤੁਹਾਨੂੰ ਦੱਸਦਾ ਵਾਂ ਕਮੈਂਟਾਂ ਵਿੱਚ ਕਿਹਾ ਸੀ ਵੀ ਇਹਨਾਂ ਨੂੰ
तारा मीरा मिला के पाओ ते इन्हां दे पैर खिचो। पैर खिचन बारे मैनूं समझ नहीं लगी भी इन्हां दे पैर दा मतलब, पैर खिचन दा मतलब की आ, वह भी जरूर तुसीं मैनूं दसना भी पैर खिचन दा मतलब की आ। तारा मीरा दे जो शायद बी हुंदे आ वह इन्हां नूं पौण खाण वास्ते पाउंदे आ ते कहिंदे नाल इन्हां दे पैर खिच दिओ ते वह मैनूं समझ नहीं लगी पैर खिचन बारे, वह तुसीं जरूर दसो मैनूं कि जो पैर खिचने आ पैर खिचन दा की मतलब आ, वह तुसीं जरूर एक बार दस्सिओ। ते साडे अग्गे नहीं अज लफाफे दुआले हुए आ कूड़े वाले लफाफे के, उस चों कोई ना कोई लभ लैना इन्हां ने ते तुसीं देख देखदे हो कि अच्छा पत्ते लभ रहे हो तो हरे पत्ते खा रहे आ ते उन्हां नूं खा लें दो। ते आ देखो साडा लाल डब्बा जिहड़ा है ये थोड़ा सुस्त टाइप हले भी वेखदा दिखदा मैनूं वैसे उन्हां दे ते फिर भी वैसे ठीक आ ते बाकी से तुसीं देख सकते हो बाकी सारे साडे वधिया। बस ए थोड़ा लंघा के हले चलदा पिया कबूतर साडा ते जल्दी ही आस करदे कि इन्हां नूं आपां ये भी जल्दी ठीक होणगे ते दाणे इन्हां नूं पाए हैगे आपां ते दाणे तो खा लिए। बस थोड़ा इन्ने घट खाधे क्योंकि शायद ये दर्द मनाउंदा पैर ते तां करके नहीं खाधे इन्ने ते आस करदे कि जल्दी ही ये भी खाना शुरू कर देगा। बाकी जो आपां इट्टां दी लै के रोड़ी कुटी हुई है वह भी आपां इन्हां नूं पाई उहदे विच वी सवेरे खा रहे सी काफ़ी इन्हां ने खाधी है ते बाकी हुण चुगदे रहिंदे सारी दिहाड़ी वैसे ते आपां फिर भी आस करी दी कि इन्हां नूं वध तों वध डक खोली दा वा ते बाकी बंद करके फिर चल जाइए आपां ज़्यादा कोई काम हो चल भी जाइए वा। तो बाय द वे अज्ज बच्चों की छुट्टी आ, अज्ज इन्हां नूं आपां ज़्यादा टाइम खोलांगे क्योंकि स्कूले अज स्कूल छुट्टी आ ते अज उम्मीद करते भी सारी दिहाड़ी खुले रहणगे ते बच्चे उपर ही रहिंदे कोठे ते बैठे रहिंदे खेडदे रहिंदे आ इन्हां दा ध्यान भी जरूर रहेगा ते सारे बन्ने आपां जल्दी ही आपां होर लै के आवांगे कबूतर ते वह भी आपां इन्हां दे नाल रखांगे इकट्ठे ते जो साडे कोल काफ़ी कबूतर हो जाणगे ते रौनक ज़्यादा होनी चाहिए आ, थोड़ी जी रौनक नाल भी मज़ा नहीं आउंदा हैगा ते ऐत जिहड़े है को हैगे आ ते आपां जल्दी ही कोशिश करदे आं आपे चार पंज होर कबूतर लै के आवांगे ते इन्हां दे विच मिला दांगे ते साडे काफ़ी रौनक हो जाएगी फिर ते बाकी जिहड़ा खाने दा काम आ वह भी आपां करना वा वो अज कोशिश करदे आं कि आपां शामां तक उन्हां नूं डब्बे जे मिल गए तो कोशिश करदे ते बना के ते वह भी इन्हां नूं सैट करिए विच ते कबूतर जिहड़े दूसरे आ वह भी जल्दी साडे आउण ते उम्मीद करदे आं। ते बाकी जे ऐ कबूतर सानूं किवें दे लगे जरूर तुसीं सानूं दसना जी ते बाकी जेकर तुसीं साडे चैनल ते नवें हो तो प्लीज़ चैनल नूं सबसक्राइब करो, वीडियो नूं फुल वॉच करिया करो ते लाइक कमेंट शेयर जो भी है सारा करिया करो ते उम्मीद करदे आं कि आपां नवीं तों नवीं इदां ही वीडियो लिआउंदे रहांगे ते तुसीं वीडियो नूं पूरा वध तों वध शेयर करिया करोगे ते प्यार भी जरूर दिया करो ते अज दा ब्लॉग आपां इत्थे करदे आं एंड ते नैक्सट वीडियो ते फिर तुहानूं मिलदे आं जी। ओके फिर बाय जी।